ਦੱਸ ਦਈਏ ਕਿ ਅੱਜ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਪਟਿਆਲਾ ਪ੍ਰਸ਼ਾਸਨ ਵੱਲੋਂ ਇਹਨਾਂ ਵਿਦਿਆਰਥੀਆਂ ਨਾਲ ਇੱਕ ਮੀਟਿੰਗ ਕਰਕੇ ਇਸ ਮਸਲੇ ਨੂੰ ਸ਼ਾਂਤ ਕਰਾਉਣ ਦਾ ਯਤਨ ਕੀਤਾ ਗਿਆ। ਯੂਨੀਵਰਸਿਟੀ ਵਿਖੇ ਹੋਈ ਇਸ ਮੀਟਿੰਗ ਵਿੱਚ SPCT ਪਟਿਆਲਾ ਦਲਜੀਤ ਸਿੰਘ ਰਾਣਾ, SDM ਪਟਿਆਲਾ ਸ਼੍ਰੀਮਤੀ ਪੂਜਾ ਸਿਆਲ, ਯੂਨੀਵਰਸਿਟੀ ਦੇ ਡੀਨ ਕੁਲਬੀਰ ਸਿੰਘ ਢਿੱਲੋਂ ਤੇ ਵਿਦਿਆਰਥੀ ਸੰਗਠਨਾਂ ਦੇ ਆਗੂ ਮੌਜੂਦ ਰਹੇ, ਜਿਨ੍ਹਾਂ ਨੇ ਇੱਕ ਬੰਦ ਕਮਰੇ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ, ਜਿਸ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਬੇਸ਼ੱਕ ਉਹ ਕਸ਼ਮੀਰ ਦੇ ਲੋਕਾਂ ਲਈ ਹਮਦਰਦੀ ਰੱਖਦੇ ਨੇ, ਪਰ ਇਸ ਤਰ੍ਹਾਂ ਦੇ ਪ੍ਰਦਰਸ਼ਨ ਕਰਨ ਨਾਲ ਯੂਨੀਵਰਸਿਟੀ ਦਾ ਮਾਹੌਲ ਖਰਾਬ ਹੋ ਸਕਦਾ ਹੈ, ਜਿਸ ਲਈ ਵਿਦਿਆਰਥੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਗੱਲ ਨਾਲ ਸਹਿਮਤ ਹੁੰਦੇ ਆਪਣਾ ਅੱਜ ਦਾ ਰੋਸ ਮਾਰਚ ਰੱਦ ਕਰ ਦਿੱਤਾ। ਇਹਨਾਂ ਵਿਦਿਆਰਥੀਆਂ ਨੇ ਆਖਿਆ ਕਿ ਉਹਨਾਂ ਨੇ ਆਪਣੇ ਪੋਸਟਰਾਂ ਵਿੱਚ ਕਸ਼ਮੀਰ ਦੇ ਲੋਕਾਂ ਲਈ ਸਿਰਫ ਹਮਦਰਦੀ ਪ੍ਰਗਟ ਕੀਤੀ ਸੀ ਅਤੇ ਉਹਨਾਂ ਨੇ ਦੇਸ਼ ਵਿਰੋਧੀ ਕੋਈ ਵੀ ਗੱਲ ਆਪਣੇ ਪੋਸਟਰਾਂ ਵਿੱਚ ਨਹੀਂ ਲਿਖੀ ਅਤੇ ਅੱਜ ਦੀ ਮੀਟਿੰਗ ਤੋਂ ਬਾਅਦ ਅਤੇ ਯੂਨੀਵਰਸਿਟੀ ਦੇ ਵਿਗੜੇ ਮਾਹੌਲ ਨੂੰ ਧਿਆਨ ਵਿੱਚ ਰੱਖਦੇ ਉਹਨਾਂ ਨੇ ਆਪਣਾ ਅੱਜ ਦਾ ਰੋਸ ਮਾਰਚ ਰੱਦ ਕਰ ਦਿੱਤਾ। ਇਸ ਮੀਟਿੰਗ ਦੌਰਾਨ ਮੌਜੂਦ ਰਹੇ SPCT ਦਲਜੀਤ ਸਿੰਘ ਰਾਣਾ ਅਤੇ SDM ਪੂਜਾ ਸਿਆਲ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਵੱਲੋਂ ਕੋਈ ਵੀ ਕੰਮ ਦੇਸ਼ ਵਿਰੋਧੀ ਨਹੀਂ ਕੀਤਾ ਗਿਆ ਅਤੇ ਨਾ ਹੀ ਉਹ ਆਪਣੇ ਦੇਸ਼ ਦੇ ਵਿਰੋਧ ਵਿੱਚ ਕੋਈ ਕੰਮ ਕਰ ਸਕਦੇ ਨੇ। ਇਸੇ ਲਈ ਉਹਨਾਂ ਪ੍ਰਸ਼ਾਸਨ ਨਾਲ ਸਹਿਮਤੀ ਜਤਾਉਂਦਿਆਂ ਆਪਣਾ ਰੋਸ ਮਾਰਚ ਰੱਦ ਕਰ ਦਿੱਤਾ। ਕਸ਼ਮੀਰ 'ਚ ਹਾਲਾਤ ਖਰਾਬ ਹੋ ਠੀਕ ਕੀਤੇ ਜਾਣ, ਇਹ ਤੋਂ ਇਲਾਵਾ ਸਾਡੀ ਹੋਰ ਕੋਈ ਸੋਚ ਨਹੀਂ ਸੀਗੀ। 4 ਵਜੇ ਫਿਰ ਤੋਂ ਮੀਟਿੰਗ ਹੋਈ ਉਹਨਾਂ ਦੀ, ਕੋਈ ਪ੍ਰੈਸ ਕਾਨਫਰੰਸ? 4 ਵਜੇ ਉਹਨਾਂ ਦੀ ਹੈ, ਉਹ ਕਹਿੰਦੇ ਅਸੀਂ ਕਲੀਅਰ ਕਰਨਾ ਕਿ ਸਾਡਾ ਦੇਸ਼ ਪ੍ਰਤੀ ਕੋਈ ਵੀ ਇਸ ਤਰ੍ਹਾਂ ਦੇ ਸਾਡੇ ਵਿਚਾਰ ਨਹੀਂ ਸੀਗੇ ਜਿਹਦੇ ਨਾਲ ਕਿ ਕੋਈ ਇਸ ਤਰ੍ਹਾਂ ਦੀ ਗੱਲ ਹੋਵੇ ਕਿ ਅਸੀਂ ਅੱਜ ਵੀ ਆਪਣੇ ਦੇਸ਼ ਨੂੰ ਉਨਾ ਹੀ ਪਿਆਰ ਕਰਦੇ ਅਤੇ ਕਸ਼ਮੀਰ ਸਾਡੇ ਦੇਸ਼ ਦਾ ਸ਼੍ਰੀਨਗਰ ਹਿੱਸਾ ਹੈ ਅਤੇ ਉਹਦੇ ਲਈ ਅਸੀਂ ਜਾਨ ਵਾਰਨ ਤੱਕ ਵੀ ਤਿਆਰ ਹੈ, ਇਹ ਕਹਿ ਕੇ ਗਏ। ਰੋਸ ਮਾਰਚ ਨਹੀਂ ਕਰ ਰਹੇ, ਉਹਨਾਂ ਨੇ 4 ਵਜੇ ਪ੍ਰੈਸ ਕਾਨਫਰੰਸ ਕਰ ਰਹੀ ਹੈ। ਉਹਦੇ ਵਿੱਚ ਵੀ ਉਹ ਸਿਰਫ ਇੰਨਾ ਦੱਸਣਾ ਚਾਹੁੰਦੇ ਨੇ ਕਿ ਉਹਨਾਂ ਦੀ ਕੋਈ ਇੰਟੈਂਸ਼ਨ ਨਹੀਂ ਸੀ, ਉਹ ਸਟੂਡੈਂਟਸ ਨੇ ਅਤੇ ਉਹਨਾਂ ਦੀਆਂ ਜੋ ਵੀ ਇੰਟੈਂਸ਼ਨ ਸੀ ਸਿਰਫ ਇਹ ਸੀਗੀਆਂ ਆਪਣੇ ਦੇਸ਼ ਪ੍ਰਤੀ ਪਿਆਰ ਦੀਆਂ, ਬਸ ਹੋਰ ਕੁਛ ਨਹੀਂ। ਇਸ ਤੋਂ ਇਲਾਵਾ ਦੱਸ ਦਈਏ ਕਿ ਬੀਤੇ ਦਿਨੀ ਇਹਨਾਂ ਵਿਦਿਆਰਥੀਆਂ ਵੱਲੋਂ ਲਗਾਏ ਗਏ ਪੋਸਟਰਾਂ ਨੂੰ ABVP ਦੇ ਆਗੂਆਂ ਵੱਲੋਂ ਫਾੜਿਆ ਗਿਆ ਸੀ ਅਤੇ ਅੱਜ ਵੀ ਸ਼ਾਮ ਸਮੇਂ ABVP ਅਤੇ RSS ਅਤੇ ਸ਼ਹੀਦ ਭਗਤ ਸਿੰਘ ਬ੍ਰਿਗੇਡ ਦੇ ਵਰਕਰਾਂ ਵੱਲੋਂ ਯੂਨੀਵਰਸਿਟੀ ਵਿੱਚ ਦਾਖਲ ਹੋਣ ਦਾ ਯਤਨ ਕੀਤਾ ਗਿਆ, ਪਰ ਯੂਨੀਵਰਸਿਟੀ ਵੱਲੋਂ ਇਹਨਾਂ ਵਰਕਰਾਂ ਨੂੰ ਦਾਖਲ ਨਹੀਂ ਹੋਣ ਦਿੱਤਾ ਗਿਆ, ਜਿਸ ਤੋਂ ਬਾਅਦ ਇਹਨਾਂ ਸੰਗਠਨਾਂ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਯੂਨੀਵਰਸਿਟੀ ਗੇਟ ਉੱਪਰ ਹੀ ਆਪਣਾ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੋਸਟਰ ਲਗਾਉਣ ਵਾਲੇ ਵਿਦਿਆਰਥੀਆਂ ਖਿਲਾਫ ਦੇਸ਼ ਧਰੋਹ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ। ਇੱਥੇ ਇੱਕ ਵਾਰ ਫਿਰ ਦੱਸ ਦਈਏ ਕਿ ਯੂਨੀਵਰਸਿਟੀ ਅਤੇ ਪ੍ਰਸ਼ਾਸਨ ਅੱਗੇ ਮੀਟਿੰਗ ਦੌਰਾਨ ਰੋਸ ਮਾਰਚ ਨਾ ਕੱਢਣ ਦੀ ਗੱਲ ਆਖਣ ਵਾਲੇ ਵਿਦਿਆਰਥੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਮੂੰਹ ਉੱਪਰ ਕਾਲੀਆਂ ਪੱਟੀਆਂ ਬੰਨ ਕੇ ਪ੍ਰਦਰਸ਼ਨ ਕੀਤਾ ਗਿਆ ਅਤੇ ਆਖਿਆ ਕਿ ਯੂਨੀਵਰਸਿਟੀ ਵੱਲੋਂ ਉਹਨਾਂ ਦੀ ਆਵਾਜ਼ ਦਬਾਈ ਗਈ ਹੈ ਜੋ ਆਵਾਜ਼ ਉਹ ਕਸ਼ਮੀਰ ਦੇ ਲੋਕਾਂ ਲਈ ਬੁਲੰਦ ਕਰ ਰਹੇ ਨੇ। ਇਸ ਦੇ ਨਾਲ ਇਹ ਵੀ ਦੱਸ ਦਈਏ ਕਿ ਇਸ ਪ੍ਰਦਰਸ਼ਨ ਦੌਰਾਨ ਇਹਨਾਂ ਵਿਦਿਆਰਥੀਆਂ ਨੇ ਇੱਕ ਵਾਰ ਫਿਰ ਇਹੋ ਅਲਾਪ ਲਗਾਇਆ ਕਿ ਕਸ਼ਮੀਰ ਵਿੱਚੋਂ ਭਾਰਤੀ ਫੌਜ ਨੂੰ ਵਾਪਸ ਬੁਲਾਇਆ ਜਾਵੇ ਤਾਂ ਜੋ ਕਸ਼ਮੀਰੀ ਲੋਕਾਂ ਦੀਆਂ ਹੋ ਰਹੀਆਂ ਮੌਤਾਂ ਨੂੰ ਰੋਕਿਆ ਜਾ ਸਕੇ ਅਤੇ ਕਸ਼ਮੀਰ ਦੇ ਲੋਕਾਂ ਨੂੰ ਡੈਮੋਕ੍ਰੇਟਿਕ ਰਾਈਟ ਦਿੱਤਾ ਜਾਵੇ। ਇਸੇ ਲਈ ਉਹ ਕਸ਼ਮੀਰੀ ਲੋਕਾਂ ਦੇ ਹੱਕ ਵਿੱਚ ਅਤੇ ਭਾਰਤ ਸਰਕਾਰ ਖਿਲਾਫ ਰੋਸ ਜ਼ਾਹਿਰ ਕਰ ਰਹੇ ਨੇ। ਇਹਨਾਂ ਨੇ ਗੁੰਡਾਗਰਦੀ ਫੈਲਾਈ ਹੋਈ ਹੈ ਜਾਂ ਪੂਰੇ ਪਟਿਆਲੇ ਸ਼ਹਿਰ ਦੇ ਵਿੱਚ ਜਾਂ ਰਾਜਪੁਰ ਜਿਹੜੇ ਇਹਨਾਂ ਦੇ ਆਪਣੇ ਗਊ ਰੱਖਿਆ ਦਲ ਜਿਹੜੀ ਗੁੰਡਾਗਰਦੀ ਆਮ ਲੋਕਾਂ ਦੇ ਵਿਰਾ ਰਹੇ ਆ, ਹੈ ਨਾ, ਇਹ ਜਿਹੜੇ ਅੱਜ ਇਕੱਠੇ ਹੋ ਕੇ ਯੂਨੀਵਰਸਿਟੀ ਦੇ ਬਾਹਰ ਆਏ ਆ, ਇਹਨਾਂ ਜਿਹੜੀ ਗੁੰਡਾਗਰਦੀ ਦੇ ਦਬਾਅ ਹੇਠ ਜਿਹੜੀ ਪ੍ਰਸ਼ਾਸਨ ਮਤਲਬ ਜਿਹੜਾ ਸਾਡਾ ਡੈਮੋਕ੍ਰੇਟਿਕ ਰਾਈਟ ਆ ਬੋਲਣ ਦਾ ਜਿਹੜਾ ਉਹ ਖੋ ਰਹੀ ਆ, ਇਹਦੇ ਇੱਕ ਰੋਸ ਵਜੋਂ ਅਸੀਂ ਕਾਲੀ ਪੱਟੀਆਂ ਮੂੰਹ ਤੇ ਮੱਥੇ ਤੇ ਬੰਨ ਕੇ ਇੱਥੇ ਪ੍ਰੋਟੈਸਟ ਕਰ ਰਹੇ ਹਾਂ। ਟਾਰਗੇਟ ਇੱਕ ਸਿੱਧੀ ਸਿੱਧੀ ਨੀਤੀ ਪਾਲਿਸੀ ਆ ਕਿ ਮਤਲਬ ਕਸ਼ਮੀਰ ਦੇ ਲੋਕਾਂ ਦੇ ਜਿਹੜੇ ਰਾਈਟ ਨੇ ਉਹਨਾਂ ਨੂੰ ਸਿਰਫ ਇਹ ਕਹਿ ਕੇ ਖੋਇਆ ਜਾ ਰਿਹਾ ਕਿ ਮਤਲਬ ਉਹ ਮਤਲਬ ਅਲੱਗ ਹੋਣਾ ਚਾਹੁੰਦੇ ਆ, ਉਹ ਅਲੱਗ ਕਿਉਂ ਹੋਣਾ ਚਾਹੁੰਦੇ ਆ, ਅਲੱਗ ਦੀ ਕੋਈ ਗੱਲ ਨਹੀਂ ਹੈਗੀ, ਠੀਕ ਹੈ, ਉਹਨਾਂ ਦੇ ਡੈਮੋਕ੍ਰੇਟਿਕ ਰਾਈਟ ਖੋਣ ਦੀ ਗੱਲ ਹੈ। ਇਹਦੇ ਲੋਕਾਂ ਦੇ ਉੱਤੇ ਲਗਾਤਾਰ ਜ਼ੁਲਮ ਢਹਿ ਰਿਹਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਖਬਰਾਂ ਇਹੀ ਮਿਲ ਰਹੀਆਂ ਨੇ ਵੀ ਜਿਹੜਾ ਹੁਣ ਉਹਨਾਂ ਦੇ ਉੱਤੇ ਸਖਤੀ ਹੋਰ ਵਰਤਾਈ ਜਾਏਗੀ, ਜੇ ਸਖਤੀ ਹੋਵੇਗੀ ਤਾਂ ਇਹਦਾ ਮਤਲਬ ਹੈ ਕਿ ਵੀ ਹੋਰ ਵੀ ਜਾਨਾਂ ਜਾਣਗੀਆਂ, ਇਸ ਕਰਕੇ ਅਸੀਂ ਇਸਦੇ ਬਿਲਕੁਲ ਹੀ ਵਿਰੋਧ ਦੇ ਵਿੱਚ ਹਾਂ ਅਤੇ ਇਹ ਮਸਲਾ ਇਹ ਗੱਲਬਾਤ ਦੇ ਨਾਲ ਸੁਲਝਾਇਆ ਜਾਣਾ ਚਾਹੀਦਾ ਅਤੇ ਹਰ ਇੱਕ ਮਸਲਾ ਗੱਲਬਾਤ ਦੇ ਨਾਲ ਸੁਲਝਾਇਆ ਜਾ ਸਕਦਾ। ਸੋ ਕੁੱਲ ਮਿਲਾ ਕੇ ਯੂਨੀਵਰਸਿਟੀ ਦੇ ਵਿਦਿਆਰਥੀ ਹਾਲੇ ਵੀ ਕਸ਼ਮੀਰ ਦੇ ਹੱਕ ਵਿੱਚ ਹੀ ਗੱਲ ਕਰ ਰਹੇ ਨੇ ਅਤੇ ਲਗਾਤਾਰ ਕਸ਼ਮੀਰੀ ਲੋਕਾਂ ਨੂੰ ਉਹਨਾਂ ਦੇ ਡੈਮੋਕ੍ਰੇਟਿਕ ਹੱਕ ਵਾਪਸ ਕਰਨ ਅਤੇ ਭਾਰਤ ਸਰਕਾਰ ਨੂੰ ਕਸ਼ਮੀਰ ਵਿੱਚੋਂ ਆਪਣੀ ਫੌਜ ਨੂੰ ਵਾਪਸ ਬੁਲਾਉਣ ਦੀ ਮੰਗ ਤੇ ਅੜੇ ਹੋਏ ਨੇ, ਜਿਸ ਨਾਲ ਯੂਨੀਵਰਸਿਟੀ ਦਾ ਮਾਹੌਲ ਸ਼ਾਂਤ ਹੁੰਦਾ ਦਿਖਾਈ ਨਹੀਂ ਦੇ ਰਿਹਾ ਅਤੇ ਉੱਧਰ ਯੂਨੀਵਰਸਿਟੀ ਪ੍ਰਸ਼ਾਸਨ ਲਗਾਤਾਰ ਆਪਣੇ ਇਹਨਾਂ ਵਿਦਿਆਰਥੀਆਂ ਨੂੰ ਹਰ ਹਿੱਲੇ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਦੋਂ ਕਿ ਯੂਨੀਵਰਸਿਟੀ ਨੂੰ ਅਜਿਹੇ ਵਿਦਿਆਰਥੀਆਂ ਖਿਲਾਫ ਸਖਤ ਐਕਸ਼ਨ ਲੈਣਾ ਚਾਹੀਦਾ ਸੀ।